ਮਾਮਲਾ ਦੇਖੋ ਬਾਬਾ ਜੀ, ਕੱਲ੍ਹ ਵੈਸੇ ਤਾਂ ਬੜੀ ਪੁਰਾਣੀ, 2-4-3 ਸਾਲ ਤੋਂ ਬੰਦਾ ਬੋਲਦਾ ਆ ਰਿਹਾ, ਇੱਕ ਕਦੀ ਜੱਟਾਂ ਧੀਆਂ ਭੈਣਾਂ ਨੂੰ ਜਾਂ ਕਦੀ ਕਿਸੇ ਨੂੰ ਬੋਲਦਾ ਆ ਰਿਹਾ, ਪਰ ਕੱਲ੍ਹ ਕੀ ਹੋਇਆ, ਕੱਲ੍ਹ ਮੈਂ ਇੱਕ ਪੋਸਟ ਪਾਈ ਭਾਨੇ ਸਿੱਧੂ ਦੇ ਹੱਕ 'ਚ ਵੀਡੀਓ ਪਾਈ ਹੈ, ਉਹਦੇ 'ਤੇ ਜਾ ਕੇ ਉਹਨੇ ਮੇਰੇ ਧੀਆਂ ਬਾਰੇ ਬਹੁਤ ਹੀ ਭੱਦੀ ਇੱਕ ਟਿੱਪਣੀ ਕੀਤੀ। ਗੁਰਿੰਦਰ ਰੰਗਰੇਟਾ, ਰੰਗਰੇਟਾ ਕਹਿੰਦੇ ਵੈਸੇ, ਪਰ ਮੈਂ ਨਹੀਂ ਕਹਿੰਦਾ ਕਿਉਂਕਿ ਉਹਨੂੰ ਰੰਗਰੇਟੇ ਵੀ ਰੰਗਰੇਟਾ ਨਹੀਂ ਕਹਿੰਦੇ, ਠੀਕ ਆ, ਕਿਉਂਕਿ ਜਿਹਦੀ ਬੰਦੇ ਦੀ ਇੰਨੀ ਭੱਦੀ ਸ਼ਬਦਾਵਲੀ ਹੋ ਸਕਦੀ ਆ, ਉਹ ਰੰਗਰੇਟਾ ਲਾਉਣ ਦੇ ਲਾਇਕ ਨਹੀਂ, ਕਿਉਂਕਿ ਰੰਗਰੇਟੇ ਨੂੰ ਮਹਾਰਾਜ ਨੇ ਆਪਣੇ ਸੀਨੇ ਲਾਇਆ ਸੀ, ਹੈ ਨਾ, ਰੰਗਰੇਟਾ ਗੁਰੂ ਦਾ ਬੇਟਾ। ਤਾਂ ਉਹ ਇਨਸਾਨ ਨੇ ਜਿਹੜੀ ਉਹ ਸ਼ਬਦਾਵਲੀ ਲਿਖੀ ਹੈ ਨਾ, ਉਹ ਨਾ ਕਾਬਲੇ ਬਰਦਾਸ਼ਤ, ਬੰਦਾ ਸੁਣ ਨਹੀਂ ਸਕਦਾ, ਪੜ੍ਹ ਨਹੀਂ ਸਕਦਾ, ਇੱਕ ਗੈਰਤਮੰਦ ਬਾਪ ਕਦੀ ਵੀ ਕੋਈ ਵੀ ਹੋ ਸਕਦਾ ਉਹ, ਠੀਕ ਆ। ਉਹ ਇਨਸਾਨ ਨੇ ਕੀਤੀ ਰਾਤ, ਮੈਂ ਲਾਈਵ ਵੀ ਹੋਇਆ ਸੀਗਾ, ਲਾਈਵ 'ਚ ਮੈਨੂੰ ਇਹ ਗੱਲ ਕਹੀ, ਇਹ ਬੋਲ ਬੋਲੀ ਸੀ, ਮੈਂ ਗੁੱਸੇ ਜਾ ਕੇ ਮੈਂ ਤੇਰੇ ਘਰ ਆਉਣਾ ਹੀ, ਜਾਣਾ ਵੀ ਸੀਗਾ, ਮੇਰੀ ਕਿਸਮਤ ਚੰਗੀ ਜਾਂ ਉਹਦੀ ਚੰਗੀ ਚੰਗੀ ਆ ਕਿ ਉਹ ਮੇਰੇ ਤੋਂ ਘੱਟੋ ਘੱਟ 70-80 ਕਿਲੋਮੀਟਰ 100 ਕਿਲੋਮੀਟਰ ਦੂਰ ਬੈਠਾ ਸੀ। ਜੇਕਰ ਲਾਗੇ ਬੰਨੇ ਹੁੰਦਾ ਮੈਂ ਸ਼ਾਇਦ ਰਾਹ ਚਲੇ ਜਾਂਦਾ, ਅਤੇ ਨੁਕਸਾਨ ਉਹਦਾ ਜਾਂ ਮੇਰਾ ਹੋ ਜਾਂਦਾ, ਠੀਕ ਆ। ਮੈਨੂੰ ਫਿਰ ਇੱਥੋਂ ਮੇਰੇ ਸੱਜਣਾਂ ਦੇ ਵੀ ਪ੍ਰਿੰਸੀਪਲ ਜੀ ਦਾ ਫੋਨ ਗਿਆ, ਹੋਰ ਮੇਰੇ ਸੱਜਣਾਂ ਕਾਫੀ ਫੋਨ ਆਇਆ, ਇੱਥੋਂ ਇੱਕ ਸੀਨੀਅਰ ਅਫਸਰ ਦਾ ਮੈਨੂੰ ਫੋਨ, ਸਪੈਸ਼ਲ ਫੋਨ ਗਿਆ ਵੀ ਸੁਖਿੰਦਰ ਉਹਦੇ ਘਰ ਨਾ ਜਾਈਂ, ਅਗਰ ਤੂੰ ਘਰੇ ਜਾਏਗਾ ਨਾ, ਜਿਹੜਾ ਪ੍ਰੈਸ਼ਰ ਉਹ 'ਤੇ ਜਿਹੜੀ ਕਾਰਵਾਈ ਉਹ 'ਤੇ ਹੋਣੀ, ਉਲਟੀ ਕਾਰਵਾਈ ਤੇਰੇ 'ਤੇ ਹੋ ਜਾਣੀ ਹੈ। ਮੇਰੇ ਦਿਮਾਗ 'ਚ ਇਹ ਗੱਲ ਸੱਜਣਾ ਗਿਆ। ਸੋ ਫਿਰ ਅੱਜ ਅਸੀਂ ਇੱਥੇ ਆਪਣੇ ਸਾਹਿਬ ਬਦਲੇ ਪੇਸ਼ ਹੋਏ ਹਾਂ, ਦਰਖਾਸਤ ਦਿੱਤੀ ਆ, ਅਤੇ ਉਹਨਾਂ ਨੇ ਜਿਹੜੀ ਆ ਕਿਹਾ ਵੀ 1 ਜਾਂ 2 ਦਿਨ 'ਚ ਤੁਹਾਨੂੰ ਜਿਹੜੀ ਕਾਰ ਤੁਹਾਡੇ ਸਾਹਮਣੇ ਆਜੂਗੀ। ਬੀਤੇ ਦਿਨ ਪਿੱਛੇ ਜੀ ਆਏ ਸੀਗੇ ਤੁਸੀਂ, ਉਹਦੇ ਖਿਲਾਫ ਆਏ ਸੀ ਤਾਂ ਸਰ ਕੀ ਕਾਰਵਾਈ ਪਿਛਲੇ ਦਿਨ ਹੋਈ ਸੀ? ਉਹ ਵੀ ਗੱਲ ਕੀਤੀ ਅੱਜ, ਉਹ ਗੱਲ ਕੀਤੀ ਆ, ਉਧਰੇ ਸਾਹਿਬ ਬਦਰਾ ਆਪ ਹੈ ਨਹੀਂ, ਅਡੀਸ਼ਨਲ ਬੈਠੇ ਹੋਏ ਸੀਗੇ, ਅਤੇ ਉਹਨਾਂ ਨੇ ਪੁੱਛਿਆ ਹੁਣ ਜਿਹੜੀ ਪਹਿਲੀ ਦਰਖਾਸਤ ਹੈ ਜੋ ਕੀ ਬਣਿਆ, ਮੈਨੂੰ ਲਿਆ ਕੇ ਦਿਖਾਓ ਹੁਣ। ਅਤੇ ਦੇਖੋ ਅੱਜ ਤੁਹਾਨੂੰ ਇਹ ਗੱਲ ਕਹੀ ਹੈ, ਪੂਰਾ ਭਰੋਸਾ ਦਵਾਇਆ ਵੀ 1-2 ਦਿਨ ਦੇ ਵਿੱਚ, ਉਹਨਾਂ ਕੁਛ ਹੋਰ ਵੀ ਕਿਹਾ ਵੈਸੇ, 1-2 ਦਿਨ ਕਹੂੰਗਾ ਮੈਂ ਵੀ 1-2 ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜੂ। ਦੇਖੋ ਮੈਂ ਤਾਂ ਅਸੀਂ ਉੱਥੇ ਇਹ ਗੱਲ ਕਹੀ ਆ, ਸਰਪੰਚ ਸਾਹਿਬ ਸੀਗੇ, ਕਹਿੰਦੇ ਇਹਨਾਂ ਗੱਲ ਕਹੀ, ਕਹਿੰਦੇ ਜੇ ਭਾਈ ਅਗਲੀ ਕਾਰਵਾਈ ਨਾ ਹੋਈ, ਹੋ ਸਕਦਾ ਅਸੀਂ ਅਗਲੀ ਵਾਰ ਘਰੇ ਚਲੇ ਜਾਈਏ। ਅਤੇ ਸਾਹਿਬ ਨੇ ਗੱਲ ਕਹੀ, ਕਹਿੰਦੇ ਅਗਰ ਕਾਰਵਾਈ ਨਹੀਂ ਹੁੰਦੀ ਫਿਰ ਤੁਸੀਂ ਕਰਿਓ ਆਪਣੇ ਹੱਥ 'ਚ ਕਾਨੂੰਨ ਲਿਓ, ਜੇ ਤੁਸੀਂ ਵੇਟ ਕਰੋ 1-2 ਦਿਨ ਕੀ ਹੁੰਦਾ। ਸੁਖਿੰਦਰ ਜੀ ਕਿੱਦਾਂ ਦੇਖ ਰਹੇ ਹੋ ਸੋਸ਼ਲ ਮੀਡੀਆ 'ਤੇ ਕਿਸੇ ਮੁੱਦੇ 'ਤੇ ਗੱਲ ਕਰਨਾ ਤਾਂ ਠੀਕ ਹੈ, ਪਰ ਕਿਸੇ ਦੇ ਫੈਮਿਲੀ ਬਾਰੇ ਟਾਰਗੇਟ ਕਰਨਾ ਕਿੰਨਾ ਕੁ ਜਾਇਜ਼ ਹੁੰਦਾ? ਸੋਸ਼ਲ ਮੀਡੀਆ ਇੱਕ ਨਾ ਪਖੰਡ ਬਣਾਤਾ ਲੋਕਾਂ ਨੇ ਬਾਬਾ ਜੀ, ਬਹੁਤ ਵਧੀਆ ਪਲੇਟਫਾਰਮ ਸੀਗਾ, ਕੁਛ ਲੋਕਾਂ ਨੇ ਸਿਰਫ ਗਾਲਾਂ ਕੱਢਣ ਅਤੇ ਲਿਖਣ ਦਾ ਮੁੱਦਾ ਬਣਾ ਲਿਆ ਸੋਸ਼ਲ ਮੀਡੀਆ, ਅਤੇ ਕੁਛ ਲੋਕਾਂ ਨੇ ਸਿਰਫ ਗਾਲਾਂ ਖਾਣਾ। ਬਹੁਤ ਲੋਕ ਹੈਗੇ ਆ ਜਿਹੜੇ ਸਿਹਤ ਤੋਂ ਸ਼ਬਦ ਗਾਲਾਂ ਹੀ ਖਾਈ ਜਾਂਦੇ ਆ, ਬਹੁਤ ਲੋਕ ਹੈਗੇ ਜਿਹੜੇ ਸਿਹਤ ਤੋਂ ਸ਼ਬਦ ਗਾਲਾਂ ਕੱਢੀ ਜਾਂਦੇ ਆ। ਇੱਕ ਬਹੁਤ ਵਧੀਆ ਪਲੇਟਫਾਰਮ ਸੀ, ਤੁਸੀਂ ਚੰਗੇ ਮੁੱਦੇ, ਚੰਗੀਆਂ ਗੱਲਾਂ, ਚੰਗੇ ਆਪਣੇ ਵਿਚਾਰ, ਚੰਗੀ ਸੇਧ ਦੇ ਸਕਦੇ ਹੋ, ਠੀਕ ਆ, ਸਮਾਜ ਬਾਰੇ ਚੰਗਾ ਕੁਛ ਉਸਾਰੂ ਸਾਹਮਣੇ ਲਿਆ ਸਕਦੇ ਹੋ, ਪਰ ਨਹੀਂ, ਇਹਨੂੰ ਕਹਿੰਦੇ, ਸਿਆਣੇ ਕਹਿੰਦੇ ਨੇ ਜਿਹੜੀ ਚੀਜ਼ ਦਾ ਫਾਇਦਾ ਨੁਕਸਾਨ ਵੀ ਹੁੰਦਾ, ਪਰ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਦਾ 90% ਨੁਕਸਾਨ ਆ, 10% ਹੀ ਫਾਇਦਾ। ਮਾਮਲਾ ਦੇਖੋ ਬਾਬਾ ਜੀ, ਕੱਲ੍ਹ ਵੈਸੇ ਤਾਂ ਬੜੀ ਪੁਰਾਣੀ, 2-4-3 ਸਾਲ ਤੋਂ ਬੰਦਾ ਬੋਲਦਾ ਆ ਰਿਹਾ, ਇੱਕ ਕਦੀ ਜੱਟਾਂ 'ਚ ਧੀਆਂ ਭੈਣਾਂ ਨੂੰ ਜਾਂ ਕਦੀ ਕਿਸੇ ਨੂੰ ਬੋਲਦਾ ਆ ਰਿਹਾ, ਪਰ ਕੱਲ੍ਹ ਕੀ ਹੋਇਆ, ਕੱਲ੍ਹ ਮੈਂ ਇੱਕ ਪੋਸਟ ਪਾਈ ਭਾਨੇ ਸਿੱਧੂ ਦੇ ਹੱਕ 'ਚ ਵੀਡੀਓ ਪਾਈ ਹੈ, ਉਹਦੇ 'ਤੇ ਜਾ ਕੇ ਉਹਨੇ ਮੇਰੇ ਧੀਆਂ ਬਾਰੇ ਬਹੁਤ ਹੀ ਭੱਦੀ ਇੱਕ ਟਿੱਪਣੀ ਕੀਤੀ। ਗੁਰਿੰਦਰ ਰੰਗਰੇਟਾ, ਰੰਗਰੇਟਾ ਕਹਿੰਦੇ ਵੈਸੇ, ਪਰ ਮੈਂ ਨਹੀਂ ਕਹਿੰਦਾ ਕਿਉਂਕਿ ਉਹਨੂੰ ਰੰਗਰੇਟੇ ਵੀ ਰੰਗਰੇਟਾ ਨਹੀਂ ਕਹਿੰਦੇ, ਠੀਕ ਆ, ਕਿਉਂਕਿ ਜਿਹਦੀ ਬੰਦੇ ਦੀ ਇੰਨੀ ਭੱਦੀ ਸ਼ਬਦਾਵਲੀ ਹੋ ਸਕਦੀ ਆ, ਉਹ ਰੰਗਰੇਟਾ ਲਾਉਣ ਦੇ ਲਾਇਕ ਨਹੀਂ, ਕਿਉਂਕਿ ਰੰਗਰੇਟੇ ਨੂੰ ਮਹਾਰਾਜ ਨੇ ਆਪਣੇ ਸੀਨੇ ਲਾਇਆ ਸੀ, ਹੈ ਨਾ, ਰੰਗਰੇਟਾ ਗੁਰੂ ਦਾ ਬੇਟਾ। ਤਾਂ ਉਹ ਇਨਸਾਨ ਨੇ ਜਿਹੜੀ ਉਹ ਸ਼ਬਦਾਵਲੀ ਲਿਖੀ ਹੈ ਨਾ, ਉਹ ਨਾ ਕਾਬਲੇ ਬਰਦਾਸ਼ਤ, ਬੰਦਾ ਸੁਣ ਨਹੀਂ ਸਕਦਾ, ਪੜ੍ਹ ਨਹੀਂ ਸਕਦਾ, ਇੱਕ ਗੈਰਤਮੰਦ ਬਾਪ ਕਦੀ ਵੀ ਕੋਈ ਵੀ ਹੋ ਸਕਦਾ ਉਹ, ਠੀਕ ਆ। ਉਹ ਇਨਸਾਨ ਨੇ ਕੀਤੀ ਰਾਤ, ਮੈਂ ਲਾਈਵ ਵੀ ਹੋਇਆ ਸੀਗਾ, ਲਾਈਵ 'ਚ ਮੈਨੂੰ ਇਹ ਗੱਲ ਕਹੀ, ਇਹ ਬੋਲ ਬੋਲੀ ਸੀ, ਮੈਂ ਗੁੱਸੇ ਜਾ ਕੇ ਮੈਂ ਤੇਰੇ ਘਰ ਆਉਣਾ ਹੀ, ਜਾਣਾ ਵੀ ਸੀਗਾ, ਮੇਰੀ ਕਿਸਮਤ ਚੰਗੀ ਜਾਂ ਉਹਦੀ ਚੰਗੀ ਚੰਗੀ ਆ ਕਿ ਉਹ ਮੇਰੇ ਤੋਂ ਘੱਟੋ ਘੱਟ 70-80 ਕਿਲੋਮੀਟਰ 100 ਕਿਲੋਮੀਟਰ ਦੂਰ ਬੈਠਾ ਸੀ, ਜੇਕਰ ਲਾਗੇ ਬੰਨੇ ਹੁੰਦਾ ਮੈਂ ਸ਼ਾਇਦ ਰਾਹ ਚਲੇ ਜਾਂਦਾ, ਅਤੇ ਨੁਕਸਾਨ ਉਹਦਾ ਜਾਂ ਮੇਰਾ ਹੋ ਜਾਂਦਾ, ਠੀਕ ਆ।
ਮੈਨੂੰ ਫਿਰ ਇੱਥੋਂ ਮੇਰੇ ਸੱਜਣਾਂ ਦੇ ਵੀ ਪ੍ਰਿੰਸੀਪਲ ਜੀ ਦਾ ਫੋਨ ਗਿਆ, ਹੋਰ ਮੇਰੇ ਸੱਜਣਾਂ ਕਾਫੀ ਫੋਨ ਆਇਆ, ਇੱਥੋਂ ਇੱਕ ਸੀਨੀਅਰ ਅਫਸਰ ਦਾ ਮੈਨੂੰ ਫੋਨ ਸਪੈਸ਼ਲ ਫੋਨ ਗਿਆ ਵੀ ਸੁਖਿੰਦਰ ਉਹਦੇ ਘਰ ਨਾ ਜਾਈ, ਅਗਰ ਤੁਸੀਂ ਘਰ ਜਾਏਗਾ ਨਾ ਜਿਹੜਾ ਪ੍ਰੈਸ਼ਰ ਉਹ 'ਤੇ ਜਿਹੜੀ ਕਾਰਵਾਈ ਉਹ 'ਤੇ ਹੋਣੀ, ਉਲਟੀ ਕਾਰਵਾਈ ਦਰ 'ਤੇ ਹੋ ਜਾਣੀ ਹੈ। ਮੇਰੇ ਦਿਮਾਗ 'ਚ ਇਹ ਗੱਲ ਸੱਜਣਾ ਗਿਆ। ਸੋ ਫਿਰ ਅੱਜ ਅਸੀਂ ਇੱਥੇ ਆਪਣੇ ਸਾਹਿਬਾਂ ਦੇ ਪੇਸ਼ ਹੋਏ ਹਾਂ, ਦਰਖਾਸਤ ਦਿੱਤੀ ਆ ਅਤੇ ਉਹਨਾਂ ਨੇ ਜਿਹੜੀ ਆ ਕਿਹਾ ਵੀ ਇੱਕ ਜਾਂ ਦੋ ਦਿਨ 'ਚ ਤੁਹਾਨੂੰ ਜਿਹੜੀ ਕਾਰ ਤੁਹਾਡੇ ਸਾਹਮਣੇ ਆ ਜੂਗੀ। ਬੀਤੇ ਦਿਨ ਪਿੱਛੇ ਜੀ ਆਏ ਸੀਗੇ ਤੁਸੀਂ ਉਹਦੇ ਖਿਲਾਫ ਆਏ ਸੀ ਅਤੇ ਸਰ ਕੀ ਕਾਰਵਾਈ ਪਿੱਛੇ ਦਿਨ ਹੋਈ ਸੀ? ਉਹ ਵੀ ਗੱਲ ਕੀਤੀ ਅੱਜ, ਉਹ ਗੱਲ ਕੀਤੀ ਆ ਉੱਧਰ ਸਾਹਿਬ ਅਦਰਾ ਆਪ ਹੈ ਨਹੀਂ, ਅਡੀਸ਼ਨਲ ਬੈਠੇ ਹੋਏ ਸੀਗੇ ਅਤੇ ਉਹਨਾਂ ਨੇ ਪੁੱਛਿਆ ਹੁਣ ਜਿਹੜੀ ਪਹਿਲੀ ਦਰਖਾਸਤ ਹੈ ਜੋ ਕੀ ਬਣਿਆ ਮੈਨੂੰ ਲਿਆ ਕੇ ਦਿਖਾਓ ਹੁਣ, ਅਤੇ ਦੇਖੋ ਅੱਜ ਤੁਹਾਨੂੰ ਇਹ ਗੱਲ ਕਹੀ ਹੈ, ਪੂਰਾ ਭਰੋਸਾ ਦਵਾਇਆ ਵੀ ਇੱਕ ਦੋ ਦਿਨ ਦੇ ਵਿੱਚ, ਉਹਨਾਂ ਕੁਛ ਹੋਰ ਵੀ ਕਿਹਾ ਵੈਸੇ, ਪਰ ਇੱਕ ਦੋ ਦਿਨ ਕਹੂੰਗਾ ਮੈਂ ਵੀ ਇੱਕ ਦੋ ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜੂਗਾ। ਲੱਗਦਾ ਤੁਹਾਨੂੰ ਪ੍ਰਸ਼ਾਸਨ ਕਾਰਵਾਈ ਕਰੂ? ਦੇਖੋ ਮੈਂ ਅਤੇ ਅਸੀਂ ਉੱਥੇ ਇਹ ਗੱਲ ਕਹੀ ਆ, ਸਰਪੰਚ ਸਾਹਿਬ ਸੀਗੇ ਕਹਿੰਦੇ ਇਹਨਾਂ ਗੱਲ ਕਹੀ, ਕਹਿੰਦੇ ਜੇ ਭਾਈ ਅੱਗੇ ਕਾਰਵਾਈ ਨਾ ਹੋਈ ਹੋ ਸਕਦਾ ਅਸੀਂ ਅਗਲੀ ਵਾਰ ਘਰੇ ਚਲੇ ਜਾਈਏ, ਅਤੇ ਸਭ ਨੇ ਗੱਲ ਕਹੀ ਕਹਿੰਦੇ ਅਗਰ ਕਾਰਵਾਈ ਨਹੀਂ ਹੁੰਦੀ ਫਿਰ ਤੁਸੀਂ ਕਰਿਓ ਆਪਣੇ ਹੱਥ 'ਚ ਕਾਨੂੰਨ ਲਿਓ, ਜੇ ਤੁਸੀਂ ਵੇਟ ਕਰੋ ਇੱਕ ਦਿਨ ਕੀ ਹੁੰਦਾ। ਸੁਖਿੰਦਰ ਜੀ ਕਿੱਦਾਂ ਦੇਖਦੇ ਹੋ ਸੋਸ਼ਲ ਮੀਡੀਆ 'ਤੇ ਕਿਸੇ ਮੁੱਦੇ 'ਤੇ ਗੱਲ ਕਰਨਾ ਤਾਂ ਠੀਕ ਹੈ, ਪਰ ਕਿਸੇ ਦੇ ਫੈਮਿਲੀ ਬਾਰੇ ਟਾਰਗੇਟ ਕਰਨਾ ਕਿੰਨਾ ਕੁ ਜਾਇਜ਼ ਹੁੰਦਾ? ਸੋਸ਼ਲ ਮੀਡੀਆ ਇੱਕ ਨਾ ਪਖੰਡ ਬਣਾ ਤਾ ਲੋਕਾਂ ਨੇ ਬਾਬਾ ਜੀ, ਬਹੁਤ ਵਧੀਆ ਪਲੇਟਫਾਰਮ ਸੀਗਾ, ਕੁਛ ਲੋਕਾਂ ਨੇ ਸਿਰਫ ਗਾਲਾਂ ਕੱਢਣ ਅਤੇ ਲਿਖਣ ਦਾ ਮੁੱਦਾ ਬਣਾ ਲਿਆ ਸੋਸ਼ਲ ਮੀਡੀਆ, ਅਤੇ ਕੁਛ ਲੋਕਾਂ ਨੇ ਸਿਰਫ ਗਾਲਾਂ ਖਾਣਾ, ਬਹੁਤ ਲੋਕ ਹੈਗੇ ਆ ਜਿਹੜੇ ਸਿਹਤ ਤੋਂ ਸ਼ਬਦ ਗਾਲਾਂ ਹੀ ਖਾਈ ਜਾਂਦੇ ਆ, ਬਹੁਤ ਲੋਕ ਹੈਗੇ ਜਿਹੜੇ ਸਿਹਤ ਤੋਂ ਸ਼ਬਦ ਗਾਲਾਂ ਕੱਢੀ ਜਾਂਦੇ ਆ। ਇੱਕ ਬਹੁਤ ਵਧੀਆ ਪਲੇਟਫਾਰਮ ਸੀ, ਤੁਸੀਂ ਚੰਗੇ ਮੁੱਦੇ, ਚੰਗੀਆਂ ਗੱਲਾਂ, ਚੰਗੇ ਆਪਣੇ ਵਿਚਾਰ, ਚੰਗੀ ਸੇਧ ਦੇ ਸਕਦੇ ਹੋ, ਠੀਕ ਆ, ਸਮਾਜ ਬਾਰੇ ਚੰਗੀਆਂ ਚੰਗਾ ਕੁਛ ਉਸਾਰੂ ਸਾਹਮਣੇ ਲਿਆ ਸਕਦੇ ਹੋ, ਪਰ ਨਹੀਂ ਇਹਨੂੰ ਕਹਿੰਦੇ, ਸਿਆਣੇ ਕਹਿੰਦੇ ਨੇ ਜਿਹੜੀ ਚੀਜ਼ ਦਾ ਫਾਇਦਾ ਨੁਕਸਾਨ ਵੀ ਹੁੰਦਾ, ਪਰ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਦਾ 90% ਨੁਕਸਾਨ ਆ, 10% ਹੀ ਫਾਇਦਾ।